ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਸ਼ਹਿਰ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਪੈਂਦਾ ਜੀ, ਤਹਿਸੀਲ ਵੀ ਬਟਾਲਾ ਪੈਂਦੀ। ਕਹਿੰਦੇ ਵੀਰ ਮੈਂ ਪਹਿਲੇ ਵੀਡੀਓ ਬਣਾਉਣ ਲੱਗਿਆ, ਮੈਂ ਵਪਾਰ ਦਾ ਕੰਮ ਕਰਦੇ ਬਾਈ ਹੋਣੀ, ਅਤੇ ਅੱਜ ਵੀ ਇਹਨਾਂ ਕੋਲ ਕੋਈ 7-8 ਲੱਖ ਦੇ ਝੂਠੀਆਂ ਸੇਲ ਆ, ਅਤੇ ਮਾਲ ਵੀ ਉੱਧਰ ਹੀ ਆਉਂਦਾ, ਸਾਰਾ ਹਰਿਆਣੇ ਤੋਂ ਮਾਲ ਲੈ ਕੇ ਆਉਂਦੇ ਆ। ਅਤੇ ਆਉਣ ਵੀਰ ਨੇ ਗੱਲਬਾਤ ਕਰੀਏ, ਇਹਨਾਂ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ, ਉਸ ਤੋਂ ਬੋਲੋ ਵਿਜ਼ਿਟ ਕੈਸੋ ਬੋਲੋ, ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ, ਨਾਲੇ ਵੀਡੀਓ ਬਾਤ ਤੁਸੀਂ ਕਰਦਿਆ ਕਰੋ। ਚਲੋ ਗਾਂਹ ਵੀ ਕੋਈ ਵੀਰ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ। ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਸਵਾਗਤ ਜੀ ਸੰਦੀਪ ਜੀ। ਚਲੋ ਵਪਾਰ ਕਰਦੇ ਜੀ। ਵਪਾਰ ਦਾ ਕੰਮ ਹੈ ਜੀ। ਬਾਬਾ ਟਾਈਮ ਹੋ ਗਿਆ ਕਰਦੇ ਨੂੰ? ਤਕਰੀਬਨ 15 ਸਾਲ ਮੈਨੂੰ ਹੋ ਗਿਆ, ਪਹਿਲਾਂ ਵੈਸੇ ਬਜ਼ੁਰਗ ਵੀ ਕਰਦੇ, ਦਾਦਾ ਜੀ ਨਹੀਂ ਕਰਦੇ। ਅੱਛਾ ਠੀਕ ਹੈ ਜੀ, ਠੀਕ ਹੈ। ਤਾਂ ਉੱਧਰੋਂ ਲੈ ਕੇ ਨੇ ਮਾਲ ਹਰਿਆਣੇ ਤੋਂ ਜੀ? ਹਰਿਆਣੇ ਤੋਂ ਜੀ। ਚੰਗੇ ਜਿਹੇ ਝੂਟੇ ਲੈ ਕੇ ਆਉਂਦੇ ਬਾਜੀ? ਸਰ ਅੱਛਾ ਠੀਕ ਹੈ, ਚੰਗੇ ਇਲਾਕੇ ਦਾ ਮਾਲ, ਕੋਸ਼ਿਸ਼ ਹੀ ਚੰਗੀ ਹੁੰਦੀ ਹੈ ਕਿ ਜੋ ਹਾਂਜੀ ਹਾਂਜੀ ਬਿਲਕੁਲ ਖਰੀਦਣਾ ਮਾਲ ਉਹਦਾ ਵੀ ਫਾਇਦਾ ਹੋ ਸਕਦਾ। ਹਾਂ ਬਿਲਕੁਲ ਬਿਲਕੁਲ ਬਾਜੀ ਬਿਲਕੁਲ। ਚਲੋ ਅੱਜ ਫਿਰ ਕਿੰਨੇ ਬਾਈ ਜੀ? ਅੱਜ ਵੀਰੇ 4 ਝੋਟੀਆਂ ਨੇ। 4 ਝੋਟੀਆਂ ਹੈ ਜੀ। ਹਾਂਜੀ, ਇੱਕ ਤਾਂ ਬੱਚਾ ਗੱਡੀ 'ਚ ਮਰ ਗਿਆ ਸਵੇਰੇ। ਅੱਛਾ। ਤੇ 3 ਝੋਟੀਆਂ ਮਤਲਬ ਕੱਟੀਆਂ ਨੇ ਸਾਰੀਆਂ ਦੇ ਮਗਰ। ਕੱਟੀਆਂ ਹੈ ਮਾਲ। ਕਰੀ ਸ਼ੁਰੂ ਹੀ ਫਿਰ, ਦੱਸੋ ਜੀ ਫਿਰ ਇਹਦੇ ਬਾਰੇ। ਇਹ ਸੂਆ ਜੀ? ਇਹ ਪਹਿਲਾ ਸੂਆ ਵੀਰੇ। ਪਹਿਲਾ ਸੂਆ ਸੂਈ ਜਾਣਾ ਜੀ। ਦੁੱਧ 4 ਕਿਲੋ, ਦੰਦਾ ਵੀ ਝੋਟੀ ਜੀ? ਚੌਗੀ ਦੰਦ। 4 ਦੰਦਾ 4 ਕਿਲੋ ਤੋਂ ਪੱਕਾ ਤੋਂ। ਬੱਚਾ ਮਗਰ? ਕੱਟੀ ਮਗਰ ਹੈ। ਆ ਜਾਓ ਖੋਲੋ ਖੋਲੋ ਵੀਰ ਜੀ। ਚਵਾਪ ਸਮਾਂ ਬਿਲਕੁਲ ਵਧੀਆ ਭਾਈ ਜੀ? ਬਸ ਠੀਕ ਆ, ਤੋਰੋ ਜੀ। ਹਾਂ ਲੰਮੀ ਲੰਮੀ ਤੋਰ, ਕੋਈ ਨਹੀਂ ਹਾਂ ਲੰਮੀ ਤੋਰੋ। ਲਓ ਜੀ ਦੇਖੋ, ਚੈੱਕ ਕਰੋ, ਠੀਕ ਆ। ਹਾਂ ਆ ਜਾਓ ਭਾਅ ਜੀ, ਆ ਜਾਓ ਲਿਆਓ। ਬਸ ਠੀਕ ਹੈ ਜੀ। ਹਾਂਜੀ ਬੋਲੋ ਜੀ। ਕਹਿਣ ਵਾਲੀਆਂ ਗੱਲਾਂ ਨਹੀਂ ਗੀਆਂ, 7 ਲੀਟਰ ਡੰਗ ਦਾ ਦੁੱਧ ਸਹੀ ਝੋਟੀ ਦੇ ਥੱਲੇ ਹਾਜ਼ਰ ਆ। ਚਲੋ ਠੀਕ, 2 ਡੰਗ ਚਵਾ ਕੇ ਤਸੱਲੀ ਕਰਕੇ ਲੈ ਜਿੰਨੇ ਲੈਣੀ। ਕੀਮਤ ਭਾਅ ਜੀ ਫਿਰ ਦੀ? ਕੀਮਤ ਇਸ ਕੱਟੀ ਦੀ ਵੀਰੇ ਮੁੱਲ ਤੇ 1.5। ਹਾਂਜੀ, ਬਾਕੀ ਜਿੱਦਾਂ ਤੁਸੀਂ ਛੋੜ ਕੇ ਹੋਗੇ ਉਦਾਂ ਹੀ ਕਰ ਦਿਆਂਗੇ। ਲੱਖ ਦੇ ਦੇ, ਦੋ ਹੀ ਹੋਰ ਤੁਹਾਡੇ ਕਹਿਣ ਤੇ ਜਾਣ ਦੋ। ਪਹਿਲੀ ਵਾਰੀ ਹਾਜ਼ਰੀ ਪਾਈ ਤੁਹਾਡੇ ਕੋਲ, ਠੀਕ ਹੈ, ਅੱਜ ਤੁਹਾਡੇ ਕਹਿਣ ਤੇ। ਚਲੋ ਇਹ ਜੀ, ਇਹ ਵੀਰੇ ਝੋਟੀ ਤਕਰੀਬਨ ਦੂਜਾ ਸਮਾਜ। ਹਾਂਜੀ, ਰਾਜਸਥਾਨੀਆਂ ਕੋਲ ਲਈ ਸੀ ਆਪਾਂ। ਅੱਛਾ ਠੀਕ ਆ। ਦੁੱਧ 13 ਲੀਟਰ ਹਾਜ਼ਰ ਆ, 13 ਕਿਲੋ ਤੇ ਆ। ਹਾਂਜੀ ਹਾਂਜੀ, ਦੁੱਧ 15 ਕਿਲੋ ਆਰਾਮ ਨਾਲ ਪਾਏਗੀ, ਬਹੁਤ ਥੱਲੇ ਅਟਰਦੀ ਆ। ਬੱਚਾ ਮਗਰ ਜੀ? ਕੱਟੀ ਆ ਇਹਦੇ ਵੀ। ਅੱਛਾ ਇਹਦੇ ਵੀ ਕੱਟੀ ਆ, ਮੱਝਾਂ ਕੱਟੀਆਂ ਵਾਲੀਆਂ ਸਾਰੀਆਂ, ਸਾਰੀਆਂ ਕੱਟੀਆਂ ਵਾਲੀਆਂ। ਤੋਰੋ ਫਿਰ ਬਾਈ ਜੀ ਇਹਨੂੰ ਵੀ, ਮੈਂ ਰਾਸਤਾ ਦਵਾਈ ਝੋਟਿਆ ਨਾ ਜੀ, ਇਹ ਵੀ ਲੰਮੀ ਤੋਰੋ। ਚਲੋ ਆ ਜਿਹੜਾ ਲਵੀ ਹੈ ਜਿਹੜਾ ਬਹੁਤ ਸਾਰੀ ਦੁੱਧ ਹਜੇ ਹੋਰ ਨਾ ਜੀ, ਹਾਂ ਵੱਡੀ ਝੋਟੀ ਇਹ ਵੀ ਦੇਖੋ, ਐ ਚਵਾ ਚੋ ਵਧੀਆ ਨਾ ਭਾਈ ਜੀ, ਇੱਕ ਨੰਬਰ ਦਾ ਚਵਾ ਹੋਏਗਾ ਜੀ, ਭਾਵੇਂ ਜਵਾਕ ਬਹਿ ਕੇ ਚੋਲੇ। ਬਸ ਠੀਕ ਹੈ ਜੀ, ਆ ਜਾਓ। ਚਵਾਈ ਤੋਂ ਇੱਕ ਵੀ ਪਸ਼ੂ ਆਪਣਾ ਸੰਦੀਪ ਜੀ ਗਲਤ ਨਹੀਂ? ਹਾਂ ਬਿਲਕੁਲ ਭਾਅ ਜੀ ਬਿਲਕੁਲ। ਚਲੋ ਹਾਂਜੀ ਭਾਅ ਜੀ, ਫਿਰ ਕੱਲੀ ਚਵਾਈ ਦੀ ਗੱਲ ਨਹੀਂ ਹੈਗੀ। ਹਾਂਜੀ, ਆਪਣੀ ਮੈਂ ਕੋਈ ਡਾਕਟਰ ਵੀ ਫੇਲ ਨਹੀਂ ਕਰੂਗਾ ਜਿਹਨੂੰ ਆਪਾਂ ਪਾਸ ਕਹਿ ਦਾਂਗੇ। ਅੱਛਾ ਚਲੋ, ਉਹ ਕਾਰਨ ਐਡੀ ਗੱਲ ਨਹੀਂ, ਕੋਈ ਗਲਤ ਪਸ਼ੂ ਆ ਵੀ ਜਾਂਦਾ, ਉਹ ਵੀ ਹੋ ਵੀ ਜਾਂਦਾ, ਜਿਹਨੂੰ ਓਕੇ ਕਹਿ ਦੇਣਾ ਠੀਕ ਆ, 100 ਨੰਬਰ ਹੀ ਹੋਏਗਾ। ਓਕੇ ਹੋ, ਬੋਲੋ ਜੀ। ਇਹਦਾ 1 ਲੱਖ ਰੁਪਿਆ ਲਵਾਂਗੇ। 1 ਲੱਖ ਰੁਪਿਆ ਇਹਦੇ ਕਿੰਨਾ ਮਾਨਤਨ? 5000 ਰੁਪਿਆ ਛੋਟ ਤੁਹਾਡੇ ਕਹਿਣ ਤੇ, ਪਰ 5 ਹੀ ਇਹਦੀ, 2 ਹੀ ਬਿਲਕੁਲ ਮਾਨਤਨ ਵਾਲੀ, ਜਾਂ 93 ਦੀ। ਅੱਜ ਤੁਹਾਡੇ ਕੋਲ ਤੁਹਾਨੂੰ ਦੱਸਿਆ ਪਹਿਲੀ ਹਾਜ਼ਰੀ ਹੈ, ਜੇ ਉਹਦਾ ਕਹੋਗੇ ਅੱਜ ਤੁਹਾਡੀ ਮੰਨਣੀ ਹੈ। ਚਲੋ ਚਲੋ ਠੀਕ ਹੈ ਠੀਕ ਹੈ। ਤੇ ਆਹ ਜੀ, ਇਹ ਵੀ ਪਹਿਲਾ ਸੂਆ? ਪਹਿਲਾ ਸੂਆ ਝੋਟੀ, ਇਹ ਵੀ ਪਹਿਲਾ ਸੂਆ ਝੋਟੀ ਹੈ ਜੀ, ਪਾਰੇ ਵਾਲੇ ਵਾਲਿਆਂ ਤੋਂ ਲਈ ਹੈ। ਅੱਛਾ, ਝੋਟੀ ਬਿਲਕੁਲ ਬੋਲੇ ਤੇ ਅਸੀਂ 3 ਕੁ ਦਿਨਾਂ ਕੱਟੀ ਮਗਰ ਰਹਿੰਦੀ ਹੈ ਨਾ ਜੀ। ਲਓ ਜੀ ਵੇਖੋ, ਬਿਲਕੁਲ ਜੈਡ ਬਲੈਕ ਆ, ਆ ਜਾ ਚੰਗਾ ਥਾਂਥਰ ਬਣਾ ਲੈਂਦੀ ਜੀ, ਬਹੁਤ ਚੰਗਾ ਜੀ। ਤੋਰੋ ਤੋਰੋ ਇਹਨੂੰ ਵੀ, ਇਹ ਵੀ ਲੰਮੀ ਤੋਰੋ। ਲਓ ਜੀ ਇਹ ਵੀ ਦੇਖੋ ਕਰੋ, ਹਾਂ ਐਂ ਉੱਚੀ ਲੰਮੀ ਪੂਰੀ ਝੋਟੀ ਜੀ, ਥਾਂ ਥੋਂ ਸੋਹਣਾ ਦੇਖੋ, ਵੱਡੀ ਝੋਟੀ ਪੂਰੀ। ਆ ਜਾਓ ਸੰਦੀਪ ਜੀ, 11 ਲੀਟਰ ਬੋਲਾ ਹਾਜ਼ਰ ਹੈ, 11 ਕਿਲੋ ਬੋਲਾ ਹਾਂ ਹੈ ਨਾ, ਮੌਕੇ ਦੇ ਹਾਜ਼ਰ, ਮੌਕੇ ਦੇ ਨਾਮ ਬਹੁਤ ਬਾਕੀ ਜੀ, ਨਾ ਦਾਣਾ ਦੂਣਾ ਨਹੀਂ ਕੱਟੀਆਂ ਨੇ, ਪੂਰਾ ਚੱਕਿਆ। ਠੀਕ ਹੈ ਠੀਕ ਹੈ ਜੀ, ਕੱਲ ਹੀ ਆਈਆਂ ਨੇ ਮੇਰੇ ਕੋਲ, ਬਿਲਕੁਲ ਭਾਅ ਜੀ ਬਿਲਕੁਲ। ਆ ਚਲੋ ਹਾਂਜੀ, ਜੈ ਜੀ ਜਲਨ ਦੋ। ਇਹਦਾ ਮੁੱਲ ਤੇ 1.5। ਹਾਂਜੀ, ਇਹ ਪੂਰੇ 1 ਲੱਖ ਦੀ ਵੇਚਾਂਗੇ। 1 ਲੱਖ ਦੀ ਤੇ ਕੋਈ ਇਹ ਚ ਬਜਟ ਵਾਲੀ ਗੱਲ ਨਹੀਂ, ਸਿਰਫ ਗਿਫਟ ਹੀ ਆ ਭਰਾਵਾਂ ਵਾਸਤੇ, ਛੋੜ ਦਾ ਕਰਨੇ ਬੜੇ, 2 ਹੀ ਕਰ ਦੋ ਬਣਾ ਕਰ ਦਿਆਂਗੇ ਆਪਾਂ, ਜਾਣ ਦੋ ਕੋਈ। ਬਸ ਠੀਕ ਹੈ ਚਲੋ, ਇਹ ਵੀ ਪਹਿਲਾ ਸੂ ਦੂਜਾ ਜੀ? ਇਹਦਾ ਪਹਿਲਾ ਸੂਆ ਜੀ, ਦੇਖਣ ਨੂੰ ਤੇ ਦੂਜਾ ਸੂਆ ਲੱਗਦੀ ਸੰਦੀਪ ਜੀ। ਹਾਂਜੀ ਹਾਂਜੀ, ਆਪਾਂ ਸੌਦਾ ਵੀ ਇਹਦਾ ਦੂਜਾ ਸੂਆ ਕਰਕੇ ਕੀਤਾ ਸੀ। ਅੱਛਾ ਠੀਕ ਆ, ਤੇ ਦੁੰਦੀ ਨਿਕਲੀ ਠੀਕ ਆ। ਤੇ ਬਾਕੀ ਦੁੱਧ ਕਿੰਨਾ ਹੈ ਜੀ?
ਇਹਦੇ ਕੋਲ ਮੌਕੇ ਤੇ ਇਸ ਟਾਈਮ 12 ਲੀਟਰ ਦੁੱਧ 12 ਕਿਲੋ ਇਹ ਵੀ ਲੰਮੀ ਦੋਰੋ ਇਹ ਬੱਚਾ ਮਰ ਗਿਆ ਥੋੜਾ ਜਿਹਾ ਨਾ ਔਲਾਲ ਜੀ ਹੈਗੀ ਆ ਠੀਕ ਆ ਲੋ ਜੀ 12 ਕਿਲੋ ਦੁੱਧ ਜੀ ਤੇ ਇਹ ਵੀ ਦੇਖੋ ਐ ਥਾਂ ਤੋਂ ਕੁਆਲਿਟੀ ਵਾਲਾ ਕੱਟੀ ਮਗਰ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਜੀ ਅੱਛਾ ਬੱਚਾ ਨਾ ਕੱਲ ਮੰਡੀ ਚ ਪਰਸੋਂ ਡਾਊਨ ਸੀ ਹਾਂਜੀ ਹਾਂਜੀ ਬਾ ਠੀਕ ਆ हाँ जी चलो बोलो जी हूँ की वेचना तुम वेखो भी बचा बुचा मरना करके हर एक बंदे चलो अपना पचानवे हजार चलो मोकरे कर दे लाख वाला भा ही हाँ जी हाँ चलो कोई ना कर देने मोकरे मान चलो आही है जी देखो जी आज चार झोटियां भाई को जी सोने झोटियां चेक करके चॉइस करके पास कर गया ना भाई जी पूरे तसल्ली नाल बोलो नंबर जी 98553 हाँ जी 14441 ठीक है शहर बटाला शहर बटाला जिला गुरदासपुर टेंड सत श्री अकाल।